नमस्कार, आप देख रहे हैं हिंदुस्तान फास्ट न्यूज। फास्ट में आप सभी का स्वागत है। लुधियाना के वार्ड नंबर 36 प्रीत नगर गली नंबर 22 में दुकानदारों और लोगों की ओर से प्लाट में फैलाई गई गंदगी से परेशान होकर इलाका निवासियों ने मीडिया का लिया सहारा। लुधियाना सर्वी क्राइम पत्रकार की रिपोर्ट। हाँ जी, सत श्री अकाल जी। अज असी पहुंचे वार्ड नंबर 36 गली नंबर 22 दे विच। इत्थे महला निवासियों के बहुत देर तो एक चीज़ नूं लैके शिकायत सी कि तुसी साडे वार्ड दी विच दी हालत दिखाओ जी। गली दी तुसी देखा जिदा कूड़े दे ढेर लगे आ, ते इधर देखो पानी दे आ, ते जिहड़ियां सेहत सहूलतां उह सानूं पता ही आ सरकारां दीआं कहे जीआं वा। ते असी एक वड्डे वड्डे बोर्ड ला दिंदे आ क्लीन सिटी ते ग्रीन सिटी। आ क्लीन सिटी और ग्रीन सिटी दा एक मॉडल देख लो, ते क्यों नहीं सरकारां इस मॉडल ते कम कर दियां कि इत्थों दे जिहड़े हैगे आ सिटीजन उन्हां नूं स्मार्ट बनाया जावे, ते इह चीज़ां नूं जिहड़ा हटाया जावे। बार बार लिखण ते इन्हां ने कमिश्नर साहब नूं कंप्लेन लिख के दित्ती आ। उन्होंने कहा भी जिहड़ा प्लॉट का मालिक आ जे वह दीवारां करदा ठीक आ, नहीं उस तों बाद असीं अपनी कस्टडी च लै लेंगे। लेकिन अजे तक इस प्लॉट का कुछ नहीं होया, कूड़े दे ढेर ज्यों दे त्यों आ। और जिहड़ी बैड स्मैल आ लंघदे करदे इन्नी आउंदी आ कि इन्हां मेरे नाल निवासी ने ਜਿਨ੍ਹਾਂ ਨੂੰ ਤੁਸੀਂ ਪੁੱਛ ਸਕਦੇ ਹੋ ਵਿੱਚ ਕੂੜਾ ਭਰਿਆ ਹੁੰਦਾ, ਬੋਰੀਆਂ 'ਚ ਭਰਿਆ ਹੁੰਦਾ, ਉਹ ਸਾਰੀਆਂ ਇੱਥੇ ਛੱਡ ਕੇ ਜਾਂਦੇ ਨੇ। ਅਜੇ ਕੋਈ ਮਰ ਗਿਆ ਉਹਦੇ ਵੀ ਕੱਪੜੇ ਲਿੱਤੇ ਜਿਹੜੇ ਹੁੰਦੇ ਨੇ ਸਾਰਾ ਇੱਥੇ ਹੀ ਛੱਡ ਕੇ ਜਾਂਦੇ ਪਲਾਟ ਦੇ ਵਿੱਚ। ਕੋਈ ਮੁਰਗਿਆਂ ਦੇ ਹੁਣ ਦੁਕਾਨਾਂ 'ਤੇ ਮੁਰਗਿਆਂ ਚਿਕਨ ਵਾਲੇ ਹੈਗੇ ਨੇ, ਉਹ ਬੋਰੀਆਂ ਭਰਦੇ ਨੇ, ਉਹ ਰਾਤ ਨੂੰ ਸਮਾਨ ਸਾਰਾ ਇੱਥੇ ਸਬਜ਼ੀਆਂ ਵਾਲੇ ਤਾਂ ਇੱਥੇ ਬੋਰੀਆਂ ਭਰ ਕੇ ਸਿੱਟ ਜਾਂਦੇ ਨੇ। ਸਿੱਟ ਕੇ ਰਾਤ ਨੂੰ 12 ਵਜੇ ਤੋਂ ਬਾਅਦ ਜਾਂਦੇ ਨੇ, ਕਿਉਂ 12 ਵਜੇ ਤੱਕ ਤਾਂ ਗਲੀ 'ਚ ਆਉਣੇ ਜਾਣੇ ਸਾਡੇ ਆਈ ਜਾਈ ਰਹਿੰਦਾ ਹੈਗਾ। ਕੋਈ ਨਾ ਕੋਈ ਦੇਖ ਲੈਂਦਾ ਤਾਂ ਰੋਕਦੇ ਆ, ਜਦ ਦੇਖਦੇ ਨੇ ਵੀ ਹੁਣ ਕੋਈ ਹੈ ਨਹੀਂ ਗਾ ਉਦੋਂ ਸਿੱਟ ਜਾਂਦੇ ਨੇ। ਇਹਦੇ ਬਾਰੇ ਕੌਂਸਲਰ ਨੂੰ ਤੁਸੀਂ ਕਿਹਾ? ਹਾਂਜੀ, ਕੌਂਸਲਰ ਨੂੰ ਕਿਹਾ ਉਹਨਾਂ ਨੇ ਵੀ 2-3 ਵਾਰੀ ਸਫਾਈ ਕਰਵਾਈ ਆ, ਕੂੜਾ ਚੁਕਵਾਇਆ, ਸਾਰਾ ਕੁਝ ਸਫਾਈ ਕਰਵਾਈ ਆ, ਪਰ ਲੋਕ ਜਿਹੜੇ ਹੈਗੇ ਨੇ ਉਹ ਨਹੀਂ ਹਟ ਰਹੇ। ਤੁਹਾਡੇ ਕਹਿਣ ਦਾ ਮਤਲਬ ਜਿਹੜੀ ਮਾਰਕੀਟ ਦੇ ਵਿੱਚ ਦੁਕਾਨਾਂ ਨੇ ਮੀਟ? ਹਾਂਜੀ, ਉਹ ਹੁਣ ਉਹੀ ਸਿੱਟ ਕੇ ਜਾਂਦੇ ਨੇ ਜਿਹੜੇ ਹੁਣ ਦੁਕਾਨਾਂ ਹੈਗੀਆਂ, ਚਿਕਨ ਦੀਆਂ ਆਂਡਿਆਂ ਦੀਆਂ ਲਾਉਂਦੇ, ਰੇਹੜੀਆਂ ਸਬਜ਼ੀ ਦੀਆਂ ਲਾਉਂਦੇ ਨੇ, ਉਹ ਸਾਰਾ ਕੂੜਾ ਇੱਥੇ ਸਿੱਟ ਕੇ ਜਾਂਦੇ। ਕਿਹੜੀ ਮਾਰਕੀਟ ਆ, ਕਿਹੜਾ ਰੋਡ ਆ ਜੀ? ਇਹ ਆ ਜੈਨ ਮਾਰਕੀਟ ਕਿਹੜੀ ਹੈਗੀ ਆ? ਗੁਰਮੁਖ ਸਿੰਘ ਰੋਡ ਦੇਖ ਸਕਦੇ ਹੋ, ਗੁਰਮੁਖ ਸਿੰਘ ਰੋਡ ਪੈਂਦਾ। ਇੱਥੇ ਮੀਟ ਦੀਆਂ ਜਿਹੜੀ ਦੁਕਾਨਾਂ ਨੇ 22 ਨੰਬਰ ਗਲੀ ਹੈਗੀ, 36 ਨੰਬਰ ਵਾਰਡ, ਇਹ ਪਲਾਟ ਦੇ ਵਿੱਚ ਮੀਟ ਵਾਲਿਆਂ ਦੇ ਜਿਹੜਾ ਉੱਥੋਂ ਕਚਰਾ ਹੁੰਦਾ ਹੈ ਉਹ ਇਸ ਪਲਾਟ ਦੇ ਵਿੱਚ ਸਿੱਟਿਆ ਜਾਂਦਾ, ਅਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਪਰੇਸ਼ਾਨੀ ਆਉਂਦੀ ਹੈ, ਬੈਡ ਸਮੈਲ ਆਉਂਦੀ ਹੈ। ਅਤੇ ਇਹਦੇ ਬਾਰੇ ਕਈ ਵਾਰੀ ਕੰਪਲੇਂਟ ਵੀ ਕੀਤੀ, ਕੌਂਸਲਰ ਨੇ 1-2 ਵਾਰੀ ਸਫਾਈ ਕਰਾ ਕੇ ਦੁਬਾਰਾ ਮੁੜ ਕੇ ਇਹਨਾਂ ਦੀ ਸੂਹ ਨਹੀਂ ਲਈ, ਅਤੇ ਉਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਪਰੇਸ਼ਾਨ ਹੋ ਕੇ ਜਿਹੜਾ ਕਿ ਮੀਡੀਆ 'ਚ ਬੁਲਾਇਆ ਸੀ, ਇਹਨਾਂ ਨੇ ਆਪਣੀ ਆਵਾਜ਼ ਨੂੰ ਡਿਪਟੀ ਮੇਅਰ ਤੱਕ ਲਈ, ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ।